ਸਤਿ ਸ਼੍ਰੀ ਅਕਾਲ ਜੀ, ਸਵਾਗਤ ਨਿੱਕਾ ਸਵਾਗਤ ਜੀ ਆਇਆਂ ਨੂੰ, ਉਹ ਸਾਰੇ ਦਰਸ਼ਕਾਂ ਦਾ, ਉਹ ਸਾਰੇ ਵਿਊਅਰਸ ਦਾ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਲਗਾਤਾਰ ਜੁੜੇ ਰਹਿੰਦੇ ਨੇ, ਉਹ ਬੱਚੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਸਾਡੇ ਪ੍ਰੋਗਰਾਮ ਤੱਕ ਆਪਣੇ ਸਵਾਲ ਪਹੁੰਚਾਉਂਦੇ ਨੇ, ਚਾਹੇ ਉਹ ਫੇਸਬੁੱਕ ਜ਼ਰੀਏ ਨੇ, ਫੋਨ ਕਾਲ ਜ਼ਰੀਏ ਨੇ, ਐਕਸਪਰਟਸ ਦੇ ਨਾਲ ਗੱਲਬਾਤ ਕਰਦੇ ਨੇ, ਜਿਹੜੇ ਮਹਿਮਾਨ ਸਾਡੇ ਨਾਲ ਰਹਿੰਦੇ ਨੇ. ਸੋ ਅੱਜ ਵੀ ਗੱਲਬਾਤ ਕਰਾਂਗੇ ਸਟੂਡੈਂਟ ਵੀਜ਼ਾ ਦੀ, ਐਜੂਕੇਸ਼ਨ ਐਬਰੋਡ ਕੰਸਲਟੈਂਟਸ ਤੋਂ ਜਤਿੰਦਰ ਜੀ ਨੂੰ ਇੱਕ ਵਾਰ ਸੱਦਾ ਦਿੱਤਾ ਗਿਆ, ਫਿਰ ਤੋਂ ਸੱਦਾ ਉਹਨਾਂ ਨੇ ਕਬੂਲ ਕੀਤਾ, ਸਮਾਂ ਕੱਢ ਕੇ ਆਏ ਨੇ. ਸੋ ਅਗਲੇ ਜਿਹੜੇ ਚੰਦ ਮਿੰਟ ਉਹ ਸਾਡੇ ਨਾਲ ਬਣੇ ਰਹਿਣਗੇ. ਪਹਿਲਾਂ ਸਵਾਗਤ ਕਰ ਲਈਏ ਸਰ, ਬਹੁਤ ਬਹੁਤ ਸਵਾਗਤ. ਧੰਨਵਾਦ ਕੁਲਦੀਪ ਜੀ. ਹਾਂਜੀ, ਸੋ ਆਸਟ੍ਰੇਲੀਆ ਤੋਂ ਸ਼ੁਰੂ ਕਰਾਂਗੇ ਅੱਜ. ਕਾਫੀ ਤਰ੍ਹਾਂ ਦੀ ਐਡ ਜਿਹੜੀ ਆਸਟ੍ਰੇਲੀਆ ਨੂੰ ਲੈ ਕੇ ਚੱਲ ਰਹੀ ਹੈ. 5.5 ਬੈਂਡ 'ਤੇ 20 ਬੱਚੇ ਨੂੰ ਇਨਵਾਈਟ ਕੀਤਾ ਜਾ ਰਿਹਾ, 6 ਬੈਂਡ 'ਤੇ ਵੀ ਦੱਸਿਆ ਜਾ ਰਿਹਾ ਕਿ ਵੀਜ਼ਾ ਆਉਣਗੇ. ਜੀ, ਕੀ ਹਰ ਉਹ ਬੱਚਾ ਜਿਹਦੇ 5.5 ਬੈਂਡ ਨੇ ਉਹਨੂੰ ਵੀਜ਼ਾ ਮਿਲ ਜਾਏਗਾ ਆਸਟ੍ਰੇਲੀਆ ਦਾ, ਜਾਂ ਕੀ ਦੇਖਦੇ ਹੋ ਕੁਝ ਸਿਲੈਕਟਿਵ ਬੱਚੇ ਹੋਣਗੇ ਜਿਹੜੇ 5.5 ਬੈਂਡ ਦੇ ਨਾਲ ਵੀਜ਼ਾ ਲੈਣਗੇ? ਕੁਲਦੀਪ ਜੀ, ਮੇਰੇ ਖਿਆਲ ਨਾਲ ਅੱਜ ਤੋਂ ਜੇ ਆਪਾਂ 4-5 ਹਫ਼ਤੇ ਪਿੱਛੇ ਚਲੇ ਜਾਈਏ, ਆਪਾਂ ਉਦੋਂ ਗੱਲ ਕੀਤੀ ਕਿ ਆਸਟ੍ਰੇਲੀਆ ਦੀ ਐਡ ਵਧੂਗੀ ਅਤੇ ਬਹੁਤ ਜ਼ਿਆਦਾ ਵਧੂਗੀ. ਜੀ, ਹੁਣ ਆਪਾਂ ਜੇ ਮਾਰਕੀਟ 'ਚ ਦੇਖੀਏ, ਮਾਰਕੀਟ ਨੂੰ ਐਨਲਾਈਜ਼ ਕਰੀਏ, ਤਾਂ ਆਪਾਂ ਨੂੰ ਪਤਾ ਚੱਲ ਰਿਹਾ ਕਿ ਕਿੰਨੀ ਕੁ ਜ਼ਿਆਦਾ ਐਡ ਵੱਧ ਗਈ. ਐਡ ਕੁਲਦੀਪ ਜੀ ਵਧੀ ਇਸ ਤਰ੍ਹਾਂ ਨਾਲ ਹੈ, ਬੱਚੇ 4.5 ਬੈਂਡ ਤੋਂ ਲੈ ਕੇ 5.5-6 ਬੈਂਡ ਤੱਕ ਲੋਕ ਬੱਚੇ ਚੱਕ ਰਹੇ ਨੇ, ਪਲੱਸ ਜਿਹੜੇ ਬੱਚਿਆਂ ਦੇ ਕਿਸੇ ਇੱਕ ਮੋਡਿਊਲ 'ਚੋਂ 4 ਨੇ ਜਾਂ 4.5 ਨੇ ਜਾਂ 5 ਨੇ, ਉਹਨਾਂ ਨੂੰ ਵੀ ਲੈ ਰਹੇ ਨੇ, ਜਾਂ 2 ਮੋਡਿਊਲ 'ਚੋਂ 5 ਨੇ. ਪਰ ਕੁਲਦੀਪ, ਜਿਹੜੀ ਜਨਵਰ ਪ੍ਰੋਫਾਈਲ ਬਣਦੀ ਹੈ, ਜਿਹੜੇ ਬੱਚੇ ਨੇ ਕੁਲਦੀਪ ਜੀ +2 ਕੀਤੀ ਹੈ, 55% ਨੰਬਰ ਨੇ, ਬੇਸ਼ੱਕ ਉਹ ਬੱਚਾ ਪੰਜਾਬ ਬੋਰਡ ਦਾ ਜਾਂ ਉਹ ਬੱਚਾ CBSE ਬੋਰਡ ਦਾ ਜਾਂ ਉਹ ਬੱਚਾ ICSE ਬੋਰਡ ਦਾ, ਬੱਚੇ ਦੇ ਓਵਰਆਲ ਸਕੋਰ ਜਿਹੜਾ 5.5-6 ਬੈਂਡ ਹੈ, ਜੇ ਬੱਚੇ ਦਾ ਸਕੋਰ 6 ਬੈਂਡ ਹੈ, ਨੋਟ ਲੈਸ ਦੈਨ 5 ਹੈ, ਅਤੇ ਬੱਚੇ ਨੂੰ ਵਿਦਆਊਟ ਐਲੀ ਕੋਰਸ ਕੁਲਦੀਪ ਜੀ ਵੀਜ਼ਾ ਲੱਗੂਗਾ ਆਸਟ੍ਰੇਲੀਆ ਦਾ. ਇਹਦੇ ਨਾਲ ਨਾਲ ਇਹ ਚੀਜ਼ ਮੈਟਰ ਕਰਦੀ ਕਿ ਬੱਚੇ ਜਿਹੜੇ ਮੇਨ ਮੇਜਰ ਸਬਜੈਕਟ ਨੇ, 4 ਸਬਜੈਕਟ, ਉਹਨਾਂ ਦੇ ਵਿੱਚੋਂ ਬੱਚੇ ਦੇ ਨੰਬਰ ਵਧੀਆ ਹੋਣ. ਅਤੇ ਜੇ ਆਪਾਂ ਦੂਜੇ ਸਾਈਡ 'ਤੇ ਗੱਲ ਕਰੀਏ 5.5 ਬੈਂਡ ਵਾਲੇ ਬੱਚਿਆਂ ਦੀ, ਜਿਹੜੇ ਬੱਚਿਆਂ ਦੇ 3 ਮੋਡਿਊਲ 'ਚੋਂ ਜਾਂ 2 ਮੋਡਿਊਲ 'ਚੋਂ 5.5 ਬੈਂਡ ਨੇ, 1 'ਚੋਂ 5 ਨੇ ਜਾਂ 1 'ਚੋਂ ਕਿਸੇ 6 ਰਹਿ ਗਏ, ਜਾਂ ਕਿਸੇ 'ਚ 5 ਨੇ ਜਾਂ 5 ਤੋਂ ਜੇ ਘੱਟ ਨੇ, ਜੇ 4.5 ਨੇ 1 'ਚ, ਤਾਂ ਕੁਲਦੀਪ ਜੀ ਨੂੰ 110% ਐਲੀ ਕੋਰਸ ਲੱਗੂਗਾ, ਅਤੇ ਘੱਟੋ ਘੱਟ ਵੀ 2 ਮੰਥ ਦਾ ਐਲੀ ਕੋਰਸ ਲੱਗੂਗਾ. ਜੀ, ਜਿਹੜੀ ਇੱਥੇ ਕੁਲਦੀਪ ਜੀ ਮੇਨ ਗੱਲ ਆਉਂਦੀ ਹੈ ਬੱਚਿਆਂ ਨੂੰ ਐਲੀ ਕੋਰਸ ਨੂੰ ਲੈ ਕੇ, ਬੱਚੇ ਐਲੀਕੋਸ ਨੂੰ ਸਮਝ ਕੇ ਨਹੀਂ ਜਾ ਰਹੇ ਕਿ ਐਲੀਕੋਸ ਕੀ ਹੈ. ਐਲੀਕੋਸ ਉੱਥੇ ਇੱਕ ਇੰਡੀਆ, ਜਿਵੇਂ ਆਪਾਂ ਇੱਥੇ ਆਇਲਸ ਕਰਦੇ ਹਾਂ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ, ਉੱਥੇ ਇੱਕ ਇੰਗਲਿਸ਼ ਦਾ ਹੀ ਕੋਰਸ ਹੈ, ਪਰ ਆਪਾਂ ਨੂੰ ਮੇਨ ਕੋਰਸ ਤੋਂ ਪਹਿਲਾਂ ਐਲੀਕੋਸ ਦੀਆਂ ਕਲਾਸਾਂ ਲਗਾ ਕੇ ਉਹਦਾ ਇਗਜ਼ਾਮ ਆਇਲਸ ਟਾਈਪ ਦੇ ਕੇ ਆਪਾਂ ਨੂੰ ਇਗਜ਼ਾਮ, ਫਿਰ ਮੇਨ ਕੋਰਸ 'ਚ ਐਂਟਰੀ ਮਿਲੂਗੀ. ਬੱਚੇ ਐਲੀਕੋਸ ਉੱਥੋਂ ਸਮਝ ਕੇ ਜਾਣ ਕਿ ਉਹ ਚੀਜ਼ ਕੀ ਹੈ. ਇਹ ਨਹੀਂ ਕਿ ਬੱਚਿਆਂ ਨੂੰ ਹੈ ਕਿ ਐਲੀਕੋਸ ਲੱਗ ਗਿਆ, ਮੇਰਾ ਐਡਮਿਸ਼ਨ ਹੋ ਗਿਆ ਅਤੇ ਮੈਂ ਆਸਟ੍ਰੇਲੀਆ ਚਲਾ ਗਿਆ ਅਤੇ ਮੈਂ ਆਸਟ੍ਰੇਲੀਆ ਪਹੁੰਚ ਗਿਆ ਅਤੇ ਮੇਰਾ ਉੱਥੇ ਸਟੇ ਹੋ ਗਿਆ. ਇੱਦਾਂ ਕੁਲਦੀਪ ਜੀ ਬਿਲਕੁਲ ਨਹੀਂ ਹੋਊਗਾ. ਜਿਹੜੇ ਬੱਚਿਆਂ ਦੇ ਬੈਂਡ ਘੱਟ ਨੇ, ਆਪਣੇ ਬੈਂਡ ਇੰਪਰੂਵ ਕਰ ਲੈਣ, ਕੋਸ਼ਿਸ਼ ਇਹ ਕਰਨ ਕਿ ਐਲੀਕੋਸ ਤੋਂ ਬਿਨਾਂ ਜਾਣ, ਤਾਂ ਕਿ ਉੱਥੇ ਜਾ ਕੇ ਫਿਰ ਜਿਹੜੇ 2-3 ਮਹੀਨੇ ਐਲੀਕੋਸ ਦਾ ਇਗਜ਼ਾਮ ਦੇਣਾ ਪੈਣਾ, ਫਿਰ ਮੇਨ ਕੋਰਸ ਲਈ ਵੇਟ ਕਰਨੀ ਪੈਣੀ, ਉਹ ਵੇਟ ਨਾ ਬੱਚਿਆਂ ਨੂੰ ਕਰਨੀ ਪਏ. ਬਾਕੀ ਤੁਸੀਂ ਗੱਲ ਕੀਤੀ ਸੀ ਕਿ ਵੀਜ਼ਾ 5.5 ਬੈਂਡ 'ਤੇ ਜਾਂ 5 ਬੈਂਡ 'ਤੇ ਆ ਰਹੇ ਨੇ ਕਿ ਨਹੀਂ ਆ ਰਹੇ. ਵੀਜ਼ਾ ਕੁਲਦੀਪ ਜੀ 5.5 ਬੈਂਡ 'ਤੇ ਆ ਰਹੇ ਨੇ. ਆਉਣ ਵਾਲੇ ਸ਼ੋਜ਼ ਦੇ ਵਿੱਚ ਤੁਹਾਨੂੰ ਵੀਜ਼ਾ ਦਿਖਾ ਕੇ ਵੀ ਜਾਵਾਂਗੇ, ਬੱਚਿਆਂ ਦੇ ਨਾਲ ਵੀ ਰੂਬਰੂ ਕਰਾਵਾਂਗੇ. ਸਾਡੇ ਆਫਿਸ ਤੁਸੀਂ ਆ ਸਕਦੇ ਹੋ, ਬੱਚਿਆਂ ਦੇ ਪ੍ਰੋਫਾਈਲਸ ਦੇਖ ਸਕਦੇ ਹੋ, ਲੱਗੇ ਹੋਏ ਵੀਜ਼ਾ ਦੇਖ ਸਕਦੇ ਹੋ. 5.5 ਈਵਨ ਕੁਲਦੀਪ ਜੀ 5 ਬੈਂਡ 'ਤੇ ਲੱਗੇ ਹੋਏ ਵੀਜ਼ਾ ਵੀ ਤੁਹਾਨੂੰ ਅਸੀਂ ਸ਼ੋਅ ਕਰਾਂਗੇ. ਜੀ, ਉਹ ਬੱਚਾ ਜਿਹੜਾ ਹੁਣ ਕਾਫੀ ਬੱਚਾ ਜਿਹੜਾ 5 ਜਾਂ 5.5 ਬੈਂਡ ਵਾਲਾ, ਪਰ ਬੱਚਾ ਦੂਜੇ ਪਾਸੇ ਪਰਸੈਂਟੇਜ ਵੀ ਬੱਚੇ ਦੀ ਕਿਤੇ ਨਾ ਕਿਤੇ ਘੱਟ ਰਹਿ ਜਾਂਦੀ ਹੈ, 50% ਰਹਿ ਗਏ ਜਾਂ 55% ਰਹਿ ਗਏ. ਥੋੜ੍ਹੀ ਜਿਹੀ ਪ੍ਰੋਫਾਈਲ ਨੂੰ ਆਪਾਂ ਵੀਕ ਦੇਖ ਲੈਂਦੇ ਹਾਂ ਉੱਥੇ, ਨਾ ਉਹ ਬੱਚਾ 5 ਜਾਂ 5.5 ਬੈਂਡ ਨਾਲ ਜਦੋਂ ਅਪਲਾਈ ਕਰਦਾ, ਤਾਂ ਕੀ ਇੱਕ ਕੋਰਸ ਸਿਲੈਕਸ਼ਨ ਜਾਂ ਕਾਲਜ ਜਿੱਥੇ ਜਾਂ ਯੂਨੀਵਰਸਿਟੀ ਜਿੱਥੇ ਆਪਾਂ ਭੇਜ ਰਹੇ ਹਾਂ ਉਹ ਮੈਟਰ ਕਰਦੀ ਹੈ ਕਿ ਹਾਂ ਬੱਚੇ ਦਾ ਵੀਜ਼ਾ ਆ ਜਾਏਗਾ ਜਾਂ ਨਹੀਂ? ਜੀ ਕੁਲਦੀਪ ਜੀ, ਕਾਲਜ, ਕੋਰਸ ਅਤੇ ਯੂਨੀਵਰਸਿਟੀ ਅਤੇ ਕੰਸਲਟੈਂਟ, 3-4 ਚੀਜ਼ਾਂ ਬਹੁਤ ਮੈਟਰ ਕਰਦੇ ਨੇ ਬੱਚੇ ਦੀ ਸਟੱਡੀ ਦੀ ਲਾਈਫ ਨੂੰ ਲੈ ਕੇ. ਜੇ ਆਪਾਂ ਦੇਖੀਏ, ਜੇ ਬੱਚਾ ਲੈਵਲ 1 ਜਾਂ ਲੈਵਲ 2 ਦੇ ਕਾਲਜ 'ਚ ਜਾ ਰਿਹਾ, ਉਹ ਕਾਲਜ ਨੂੰ 5.5 ਬੈਂਡ 'ਤੇ ਐਡਮਿਸ਼ਨ ਹੀ ਤਾਂ ਦਊਗਾ ਜੇ ਉਹਨੂੰ ਲੱਗਦਾ ਕਿ ਇਹਦੇ ਵੀਜ਼ਾ ਚਾਂਸਿਸ ਹੈ ਨਹੀਂ. ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਜਦੋਂ ਆਪਾਂ ਨੂੰ ਕੋਰਸ ਦੀ ਆਫਰ ਲੈਟਰ ਕਿਸੇ ਕਾਲਜ ਤੋਂ ਆਉਂਦੀ ਹੈ, ਪਹਿਲੀ ਗੱਲ ਹੈ ਆਫਰ ਲੈਟਰ ਦੀ, ਕਈ ਕੰਸਲਟੈਂਟ ਕਹਿੰਦੇ 5 ਦਿਨ 'ਚ 2 ਦਿਨ 'ਚ ਆਫਰ ਲੈਟਰ ਆਜੂਗੀ, ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੁੰਦਾ ਕੁਲਦੀਪ ਜੀ. ਕਾਲਜ ਪ੍ਰੋਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਅਸੈਸਮੈਂਟ ਕਰਦਾ, ਉਹਦੀ SOP ਤੱਕ ਆਪਾਂ ਨੂੰ ਕਈ ਵਾਰੀ ਕਾਲਜ ਨੂੰ ਵੀ SOP ਭੇਜਣੀ ਪੈਂਦੀ ਹੈ, ਯੂਨੀਵਰਸਿਟੀ ਵੀ ਪਹਿਲਾਂ ਹੀ ਆਪਣੇ ਤੋਂ SOP ਮੰਗਦੇ ਨੇ COE ਤੋਂ ਬਿਨਾਂ. ਜੀ, SOP ਦੇਖ ਕੇ ਉਹ ਪਹਿਲਾਂ ਬੱਚੇ ਨੂੰ ਉਹ ਐਨਾਲਾਈਜ਼ ਕਰਦੇ ਨੇ ਕਿ ਬੱਚਾ ਕਿਸ ਤਰ੍ਹਾਂ ਦਾ, ਬੱਚਾ ਪੜ੍ਹਨ ਵਾਲਾ ਹੈਗਾ, ਬੱਚਾ ਜੈਨੂਇਨ ਹੈਗਾ, ਬੱਚੇ ਦਾ GT ਕ੍ਰਾਈਟੇਰੀਆ ਮੈਚ ਕਰਦਾ, ਤਾਂ ਬੱਚੇ ਨੂੰ ਆਫਰ ਲੈਟਰ ਇਸ਼ੂ ਹੁੰਦੀ ਹੈ. ਜੇ ਆਸਟ੍ਰੇਲੀਆ 'ਚ ਆਫਰ ਲੈਟਰ ਕਿਸੇ ਬੱਚੇ ਨੂੰ 5.5 ਬੈਂਡ 'ਤੇ ਇਸ਼ੂ ਹੋ ਰਹੀ ਹੈ, ਕਾਲਜ ਆਫਰ ਲੈਟਰ ਇਸ਼ੂ ਕਰ ਰਿਹਾ, ਅੰਬੈਸੀ ਦੀ ਗਾਈਡਲਾਈਨ ਤਾਂ ਕੁਲਦੀਪ ਜੀ ਪਹਿਲਾਂ ਹੀ ਕਲੀਅਰ ਨੇ ਕਿ ਬੱਚਾ 5.5 ਬੈਂਡ 'ਚ 1 ਮੋਡਿਊਲ 'ਚ ਜਾਂ 4 ਵੀ ਨੇ, ਉਹ ਵੀ ਬੱਚਾ ਅਪਲਾਈ ਕਰ ਸਕਦਾ ਹੈ. ਜਿਹੜੀ ਕਾਲਜ ਦੀ ਗਾਈਡਲਾਈਨ ਸੀ ਉਹ ਪਹਿਲਾਂ ਇਹ ਸੀ ਕਿ ਬੱਚਾ 5.5 ਬੈਂਡ ਜਾਂ 5 ਬੈਂਡ ਤੋਂ ਨੋਟ ਲੈਸ ਦੈਨ 5.5 ਨੇ ਜਿਹਦੇ, ਉਹ ਬੱਚਾ ਅਪਲਾਈ ਕਰੇਗਾ. ਹੁਣ ਵੀ ਕਈ ਕਾਲਜ ਦੇ ਬੈਂਚਮਾਰਕ ਵੱਖਰੇ ਵੱਖਰੇ ਬੈਂਚਮਾਰਕਸ ਹੈ ਨੇ ਕੁਲਦੀਪ ਜੀ, ਯੂਨੀਵਰਸਿਟੀ ਦੇ ਬੈਂਚਮਾਰਕ ਬਹੁਤ ਅਲੱਗ ਨੇ, ਯੂਨੀਵਰਸਿਟੀ ਹਜੇ ਵੀ ਕਈ ਇੱਦਾਂ ਦੀਆਂ ਨੇ ਕਿ ਜਿਹੜੀਆਂ 5 ਬੈਂਡ 'ਤੇ ਐਡਮਿਸ਼ਨ ਨਹੀਂ ਦੇ ਰਹੀਆਂ, 5.5 ਬੈਂਡ
ਕੋਰਸ ਮੇਨ ਸਬਜੈਕਟਸ 'ਚ ਨੰਬਰ ਕਿੰਨੇ ਨੇ ਜੀ, ਬੱਚਾ ਜਿਹੜਾ ਹੁਣ ਤੱਕ ਸਟੱਡੀ ਦੇ ਵਿੱਚ ਕੋਈ ਗੈਪ ਤਾਂ ਨਹੀਂ ਹੈਗਾ, ਜੇ ਗੈਪ ਹੈਗਾ ਬੱਚੇ ਦਾ ਉਹ ਫੁਲਫਿਲ ਕਰਦਾ ਬੱਚਾ, ਬੱਚਾ ਪ੍ਰੋਪਰ ਉਸ ਦੌਰਾਨ ਬੱਚੇ ਨੇ ਕੀ ਕੰਮ ਕੀਤਾ, ਕੁਛ ਪੜ੍ਹਿਆ ਜਾਂ ਉਹ ਬੱਚਾ ਘਰ ਦਾ ਕੰਮ ਕਰਦਾ। ਕਈ ਬੱਚਿਆਂ ਦਾ ਕੁਲਦੀਪ ਜੀ ਇਹ ਸਵਾਲ ਹੁੰਦਾ ਕਿ ਮੈਂ ਪੜ੍ਹ ਨਹੀਂ ਸਕਿਆ ਆਫਟਰ ਗ੍ਰੈਜੂਏਸ਼ਨ ਜਾਂ ਆਫਟਰ ਪਲੱਸ ਟੂ, ਕਿ ਮੈਂ ਘਰ ਸੀ, ਮੈਂ ਆਪਦੇ ਪਿਤਾ ਨਾਲ ਖੇਤੀ 'ਚ ਲੱਗ ਗਿਆ, ਕਿਉਂਕਿ ਆਪਣੇ ਮੈਕਸੀਮਮ ਜਿਹੜੇ ਪੰਜਾਬ ਦੀ ਆਪਾਂ ਗੱਲ ਕਰੀਏ, ਆਪਣੇ ਮੈਕਸੀਮਮ ਜਿਹੜੇ ਲੋਕ ਨੇ ਕਿਸਾਨੀ ਨਾਲ ਜੁੜੇ ਹੋਏ ਨੇ, ਬੱਚੇ ਦਾ ਕੀ ਹੁੰਦਾ ਕਿ ਬੱਚਾ ਪਲੱਸ ਟੂ ਕਰਦਾ, ਕਈ ਵਾਰੀ ਪੜ੍ਹਨ ਦਾ ਕੋਈ ਸਵੱਬ ਨਹੀਂ ਬਣਦਾ, ਕੋਈ ਫੈਮਿਲੀ ਪ੍ਰੋਬਲਮਸ ਆ ਜਾਂਦੀਆਂ ਨੇ ਬੱਚੇ ਨੂੰ, ਉਹ ਬੱਚਾ ਕਰਦਾ ਆਪਦੇ ਫਾਦਰ ਨਾਲ ਖੇਤੀ 'ਚ ਹੈਲਪ ਕਰਨ ਲੱਗ ਜਾਂਦਾ, ਕੋਈ ਛੋਟੀ ਮੋਟੀ ਦੁਕਾਨਦਾਰੀ 'ਤੇ ਬਹਿ ਜਾਂਦਾ, ਉਹ ਬੱਚੇ ਕੁਲਦੀਪ ਜੀ ਨਾ ਤਾਂ ਸੈਲਰੀ ਸਲਿੱਪ ਸ਼ੋਅ ਕਰ ਸਕਦੇ ਨੇ, ਨਾ ਉਹ ਬੱਚੇ ਅਕਾਊਂਟ 'ਚ ਸੈਲਰੀ ਦਿਖਾ ਸਕਦੇ ਨੇ, ਨਾ ਉਹ ਬੱਚੇ ਗੈਪ ਦਿਖਾ ਸਕਦੇ ਨੇ। ਪਰ ਪ੍ਰੋਪਰ ਜੇ ਆਪਾਂ SOP 'ਚ ਉਹ ਚੀਜ਼ ਨੂੰ ਮੈਨਸ਼ਨ ਕਰੀਏ ਕਿ ਮੈਂ ਆਹ ਕੰਮ ਕੀਤਾ, ਮੈਂ ਆਪਣੇ ਫਾਦਰ ਦੀ ਹੈਲਪ ਕੀਤੀ ਹੈ, ਤਾਂ ਕੁਲਦੀਪ ਜੀ ਉਹਨਾਂ ਨੂੰ ਐਡਮਿਸ਼ਨ ਵੀ ਮਿਲੂਗਾ ਅਤੇ ਉਹਨਾਂ ਦੇ ਵੀਜ਼ੇ ਵੀ ਲੱਗਣਗੇ ਜੀ। ਮਤਲਬ ਕਿ ਇੱਕ ਬੱਚਾ ਜਦੋਂ SOP ਲਿਖਦਾ ਤਾਂ ਕਾਫੀ ਰੋਲ ਰਹਿੰਦਾ ਉਸ SOP ਦਾ, ਚਾਹੇ ਉਹ ਗੈਪ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਤੇ ਨਿਊਜ਼ੀਲੈਂਡ ਦੇ ਵਿੱਚ SOP ਇੱਕ ਵੀਜ਼ਾ ਲੈਣ ਦੇ, ਆਪਾਂ ਮੈਂ ਕਹੂੰਗਾ ਕਿ 50% ਜਿਹੜਾ ਰੋਲ ਹੁੰਦਾ SOP ਦਾ ਹੁੰਦਾ ਜੀ। ਜੇ ਆਪਣੀ SOP ਵਧੀਆ ਤਰੀਕੇ ਨਾਲ ਸਟੂਡੈਂਟ ਨੇ ਖੁਦ ਲਿਖੀ ਹੈ, ਆਪਦੀ ਲਾਈਫ ਉਹਨੇ ਖੁਦ ਡਿਸਕ੍ਰਾਈਬ ਕੀਤੀ ਹੈ, ਉਹ ਹੁਣ ਤੱਕ ਇੱਥੇ ਰਹਿ ਤੋਂ ਬਾਅਦ ਜਾ ਕੇ ਕੀ ਐਕਸਪਲੋਰ ਕਰਨਾ ਚਾਹੁੰਦਾ, ਉਹ ਆਸਟ੍ਰੇਲੀਆ ਕੀ ਕਰੂਗਾ, ਇਹ ਯੂਨੀਵਰਸਿਟੀ ਜਿਹੜੀ ਚੂਜ਼ ਕਰ ਰਿਹਾ, ਕਾਲਜ ਜਿਹੜਾ ਚੂਜ਼ ਕਰ ਰਿਹਾ, ਉਹ ਕਿਉਂ ਕਰ ਰਿਹਾ, ਉਹਦੇ ਜੇ ਬੈਂਡ 1 'ਚ ਘੱਟ ਨੇ ਤਾਂ ਕਿਉਂ ਘੱਟ ਨੇ, ਬੱਚਾ ਆਪਦੇ ਨੂੰ ਐਕਸਪਲੋਰ ਕਰੇ, ਉਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਮੈਨਸ਼ਨ ਕਰੇ ਕਿ ਮੈਂ ਜ਼ਿੰਦਗੀ 'ਚ ਹੁਣ ਕੀ ਕੀਤਾ ਅਤੇ ਮੈਂ ਅੱਗੇ ਕੀ ਕਰਨਾ ਚਾਹੁੰਦਾ। ਜੇ ਬੱਚੇ ਦਾ ਵਿਜ਼ਨ ਕਲੀਅਰ ਹੈ, ਕੁਲਦੀਪ ਜੀ ਅੰਬੈਸੀ ਬੱਚੇ ਨੂੰ ਵੀਜ਼ਾ ਜ਼ਰੂਰ ਦਊਗੀ। ਬੱਚੇ ਵੀ ਇਹਨਾਂ ਚੀਜ਼ਾਂ ਤੋਂ ਅਵੇਅਰ ਰਹਿਣ, ਜਦੋਂ ਕਿਤੋਂ ਵੀ ਅਪਲਾਈ ਕਰਦੇ ਹੋ ਹਰ ਇੱਕ ਚੀਜ਼ ਪੁੱਛਿਆ ਕਰੋ, ਕਿਹੜੇ ਡਾਕੂਮੈਂਟ ਤੁਹਾਡੀ ਪ੍ਰੋਫਾਈਲ 'ਚ ਲਗਾਏ ਜਾ ਰਹੇ ਨੇ, ਕਿਸ ਤਰੀਕੇ ਦੇ ਨਾਲ ਲਗਾਏ ਜਾ ਰਹੇ ਨੇ, ਜਿਹੜੀ SOP ਲਗਾਈ ਜਾ ਰਹੀ ਉਸ ਵਿੱਚ ਕਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ, ਕਿ ਉਸ ਵਿੱਚ ਕੋਈ ਵੀ ਚੀਜ਼ ਜਿਹੜੀ ਗਲਤ ਤਾਂ ਨਹੀਂ ਲਿਖੀ ਜਾ ਰਹੀ ਜਾਂ ਕਿਸੇ ਤਰ੍ਹਾਂ ਦਾ ਕੋਈ ਗਲਤ ਡਾਕੂਮੈਂਟ ਤਾਂ ਨਹੀਂ ਲਗਾਇਆ ਜਾ ਰਿਹਾ, ਕਿਉਂਕਿ ਜਿਹੜਾ ਨੁਕਸਾਨ ਬੱਚੇ ਦਾ ਹੋਣਾ, ਕੰਸਲਟੈਂਟ ਨੇ ਪ੍ਰੈਕਟਿਸ ਕਰ ਲੈਣੀ ਕੋਈ ਜਾਂ ਐਕਸਪੀਰੀਅੰਸ ਲੈਣ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਫੇਕ ਡਾਕੂਮੈਂਟ ਲਗਾ ਕੇ ਇੱਕ ਐਕਸਪੈਰੀਮੈਂਟ ਕਰ ਲੈਣਾ, ਪਰ ਬੱਚੇ ਦੇ ਲਈ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਨੁਕਸਾਨ ਵਾਲੀਆਂ ਰਹਿੰਦੀਆਂ ਨੇ। ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਦੇ ਨਾਲ, ਸਿੱਧਾ ਕੰਟੈਕਟ ਵੀ ਕੀਤਾ ਜਾ ਸਕਦਾ, ਨੰਬਰ ਵਾਰ ਵਾਰ ਫਲੈਸ਼ ਕੀਤਾ ਜਾ ਰਿਹਾ, ਮੋਹਾਲੀ 70 ਸੈਕਟਰ ਦਫ਼ਤਰ ਦੇ ਵਿੱਚ ਜਾ ਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ, ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਲੈ ਸਕਦੇ। ਆਸਟ੍ਰੇਲੀਆ ਦੇ ਵਿੱਚ ਜਿਹੜੇ ਬੱਚੇ ਪੜ੍ਹਨ ਗਏ ਹੋਏ ਨੇ, ਉਹਨਾਂ ਦੇ ਪੇਰੈਂਟਸ ਜਾਣਾ ਚਾਹੁੰਦੇ ਨੇ ਜਾਂ ਕੋਈ ਘਰ ਫੈਮਿਲੀ ਦੇ ਵਿੱਚੋਂ ਚਾਚਾ ਤਾਇਆ ਜਾਂ ਕੋਈ ਗ੍ਰੈਂਡ ਪੇਰੈਂਟਸ ਨੇ ਜਿਹੜੇ, ਉਹ ਜਾਣਾ ਚਾਹੁੰਦੇ ਨੇ ਬੱਚਿਆਂ ਕੋਲ ਮਿਲਣ, ਤਾਂ ਕੀ ਉਹ ਜਾ ਸਕਦੇ ਨੇ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਬੱਚਾ ਬੁਲਾ ਸਕਦਾ? ਕੁਲਦੀਪ ਜੀ, ਬੱਚੇ ਅਕਸਰ ਕੀ ਹੁੰਦਾ ਕਿ ਬੱਚਾ ਜਦੋਂ ਇੱਥੋਂ ਆਸਟ੍ਰੇਲੀਆ ਜਾਂਦਾ ਜਾਂ ਕਿਸੇ ਵੀ ਹੋਰ ਕੰਟਰੀ ਜਾਂਦਾ, ਬੱਚਾ ਜਾਂਦਾ ਸਾਲ ਦੋ ਸਾਲ, ਬੱਚੇ ਦੀ 2 ਸਾਲ ਦੀ ਘੱਟੋ ਘੱਟ ਆਪਾਂ ਗੱਲ ਕਰੀਏ ਸਟੱਡੀ ਹੁੰਦੀ ਹੈ, ਜੇ ਆਪਾਂ ਗ੍ਰੈਜੂਏਟ ਡਿਪਲੋਮਾ ਦੀ ਜਾਂ ਐਡਵਾਂਸ ਡਿਪਲੋਮਾ ਦੀ ਗੱਲ ਕਰੀਏ, 2 ਤੋਂ 3 ਸਾਲ ਬੱਚੇ ਦੀ ਸਟੱਡੀ ਚੱਲਦੀ ਹੈ, ਉਹ ਬੱਚਾ ਹੁੰਦਾ ਕਿ ਬੱਚਾ ਤੋਂ ਘਰ ਨਹੀਂ ਆ ਪਾਉਂਦਾ ਜਾਂ ਫੈਮਿਲੀ ਸਿਕਨੈਸ ਥੋੜ੍ਹੀ ਜਿਹੀ ਬੱਚੇ ਨੂੰ ਵੀ ਹੁੰਦੀ ਹੈ, ਥੋੜ੍ਹੀ ਜਿਹੀ ਫੈਮਿਲੀ ਨੂੰ ਫੀਲ ਹੁੰਦਾ ਕਿ ਅਸੀਂ ਆਪਣੇ ਬੱਚੇ ਦੇ ਕੋਲ ਜਾਈਏ। ਉਹ ਕੁਲਦੀਪ ਜੀ ਹੁਣ ਕੀ ਹੈ ਕਿ ਬੱਚਾ ਜਾਣਾ ਚਾਹੁੰਦਾ, ਬੱਚਿਆਂ ਨੂੰ ਪਤਾ ਨਹੀਂ ਹੈਗਾ ਕਿ ਮਾਂ ਬਾਪ ਨੂੰ ਕਿਵੇਂ ਬੁਲਾਉਣਾ ਪ੍ਰੋਪਰ, ਮਾਂ ਬਾਪ ਜਾਣਾ ਚਾਹੁੰਦੇ ਨੇ, ਮਾਂ ਬਾਪ ਨੂੰ ਗਾਈਡ ਕਰਨ ਵਾਲਾ ਨਹੀਂ ਹੈਗਾ, ਤੁਸੀਂ ਕਿਵੇਂ ਜਾ ਸਕਦੇ ਹੋ। ਪਰ ਕੁਲਦੀਪ ਜੀ, ਜੇ ਆਪਾਂ ਆਸਟ੍ਰੇਲੀਆ ਅੰਬੈਸੀ ਦੇ ਰੂਲਸ ਨੂੰ ਲੈ ਕੇ ਦੇਖੀਏ ਤਾਂ ਕੋਈ ਵੀ ਬੱਚੇ ਦੇ ਜਿਹੜੇ ਪੇਰੈਂਟਸ ਨੇ, ਉਹਦੇ ਗ੍ਰਾਂਡ ਪੇਰੈਂਟਸ ਨੇ ਜਾਂ ਉਹਦੇ ਅੰਕਲ ਆਂਟੀ ਨੇ, ਜਿਹੜੇ ਬਲੱਡ ਰਿਲੇਸ਼ਨ 'ਚ ਨੇ, ਚਾਚਾ ਚਾਚੀ ਆਪਾਂ ਕਹਿ ਸਕਦੇ ਹਾਂ, ਤਾਇਆ ਤਾਈ ਆਪਾਂ ਕਹਿ ਸਕਦੇ ਹਾਂ, ਉਹ ਲੋਕ ਨੂੰ ਮਿਲਣ ਜਾ ਸਕਦੇ ਨੇ। ਕੁਲਦੀਪ ਜੀ, 2016 ਤੋਂ ਲੈ ਕੇ ਅਕਤੂਬਰ 2016 ਦੇ ਰੂਲ ਜਿਹੜੇ ਨੇ, ਮਿਸਟਰ ਹੋਕਨ ਦਾ ਐਕਸਟਰਨਲ ਅਫੇਅਰ ਮਿਨਿਸਟਰ ਸੀ, ਉਹਨਾਂ ਨੇ ਰੂਲ ਜਿਹੜੇ ਸੀ ਲਾਗੂ ਕਰੇ ਸੀ, ਕਿਸੇ ਵੀ ਬੱਚੇ ਦੇ ਜਿਹੜੇ ਘਰਦੇ ਨੇ ਪੇਰੈਂਟਸ, ਗ੍ਰਾਂਡ ਪੇਰੈਂਟਸ ਜਾਂ ਉਹਦੇ ਅੰਕਲ ਆਂਟੀ ਮੈਟਰਨਲ ਜਿਹੜੇ ਪੇਰੈਂਟਸ ਨੇ, ਉਹ ਆ ਸਕਦੇ ਨੇ, ਕਦੀ ਵੀ ਆ ਸਕਦੇ ਨੇ, ਉਹਨਾਂ ਨੂੰ ਈਵਨ ਇਹ ਵੀ ਹੈ, ਇਹ ਨਹੀਂ ਤੁਸੀਂ 3 ਮਹੀਨੇ ਲਈ 6 ਮਹੀਨੇ ਜਾ ਦਿਓ, 5 ਈਅਰ ਉੱਥੇ ਸਟੇਅ ਵੀ ਕਰ ਸਕਦੇ ਨੇ। ਕੁਲਦੀਪ ਜੀ ਜੀ, ਜਿਹੜਾ ਵੀਜ਼ਾ ਉਹਨਾਂ ਦਾ ਰਹੇਗਾ ਉਹ ਕਿਸ ਤਰੀਕੇ ਦਾ ਵੀਜ਼ਾ ਮਿਲੇਗਾ ਹੁਣ? ਵੀਜ਼ਾ ਕੁਲਦੀਪ ਜੀ, ਉਹਨਾਂ ਨੂੰ ਵਿਜ਼ਟਰ ਵੀਜ਼ਾ ਕਹਿ ਸਕਦੇ ਹਾਂ ਆਪਾਂ, ਵਿਜ਼ਟਰ ਵੀਜ਼ਾ ਇਸ਼ੂ ਹੁੰਦਾ, ਟੂਰਿਸਟ ਵੀਜ਼ਾ, ਮਲਟੀਪਲ ਐਂਟਰੀਜ਼ ਵੀ ਮਿਲਦੀਆਂ ਉਹਨਾਂ ਨੂੰ, ਪਰ ਕਈ ਵਾਰੀ ਹੁੰਦਾ ਕਿ ਜਿਵੇਂ ਵਿਜ਼ਟਰ ਵੀਜ਼ਾ ਇੱਥੋਂ ਕੋਈ ਵੀ ਬੰਦਾ ਅਪਲਾਈ ਕਰਦਾ ਆਸਟ੍ਰੇਲੀਆ ਨੂੰ ਲੈ ਕੇ, ਉਹ ਮਿਨੀਮਮ ਜਿਹੜਾ 3 ਮੰਥ ਤੋਂ ਲੈ ਕੇ 6 ਮੰਥ ਦਾ ਲੱਗਦਾ। ਪਰ ਜਿਹੜੀ ਇੱਕ ਕੈਟੇਗਰੀ ਹੈ ਪੇਰੈਂਟਸ ਵਾਲੀ, ਜਿਹੜੀਆਂ ਗ੍ਰਾਂਡ ਪੇਰੈਂਟਸ ਵਾਲੀ ਆਪਾਂ ਕਹਾਂਗੇ ਇਹਨੂੰ, ਇਹ ਕੈਟੇਗਰੀ ਇੱਕ ਅਲੱਗ ਕੈਟੇਗਰੀ, ਉਹਨਾਂ ਨੂੰ ਸਟੇਅ ਵਾਲਾ ਵੀਜ਼ਾ ਮਿਲਦਾ, ਉੱਥੇ 5 ਸਾਲ ਤੱਕ ਸਟੇਅ ਵੀ ਕਰ ਸਕਦੇ ਨੇ ਜੀ। ਸੋ ਆਸਟ੍ਰੇਲੀਆ ਹੁਣ ਫਰਵਰੀ ਇਨਟੇਕ ਦੇ ਲਈ ਜਿਹੜਾ ਬੱਚਾ ਅਪਲਾਈ ਕਰੇਗਾ, ਕਿੰਨਾ ਕੁ ਸਮਾਂ ਲੱਗ ਰਿਹਾ ਜਾਂ ਕਿਹੜੀਆਂ ਕੋਈ ਖਾਸ ਗੱਲਾਂ ਬਾਤਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ? ਸਮਾਂ, ਕੁਲਦੀਪ ਜੀ, ਜੇ ਮੈਂ ਪ੍ਰੋਪਰ ਇੱਕ ਅਸੈਸਮੈਂਟ ਅਸੈਸਮੈਂਟ ਤੋਂ ਸ਼ੁਰੂ ਕਰਕੇ ਗੱਲ ਕਰਾਂ, ਸਾਡੇ ਕੋਲ ਡਾਕੂਮੈਂਟਸ ਆਉਣ ਤੋਂ ਲੈ ਕੇ ਵੀਜ਼ਾ ਲੱਗਣ ਤੱਕ ਦਾ ਜਿਹੜਾ ਸਮਾਂ ਕੁਲਦੀਪ ਜੀ, ਉਹ ਹੈਗਾ 3 ਕੁ ਮਹੀਨੇ ਦਾ ਸਮਾਂ। ਬਿਕੋਜ਼ ਬੱਚੇ ਦੇ ਜਿਹੜੇ ਫੰਡਸ ਨੇ, ਆਪਾਂ ਨੂੰ ਜੇ ਆਪਾਂ ਜੈਨੂਅਨ ਤਰੀਕੇ ਦੀ ਗੱਲ ਕਰੀਏ, 3 ਮਹੀਨੇ ਪੁਰਾਣੇ ਫੰਡ ਚਾਹੀਦੇ ਜੋ ਕਾਲਜ ਮੰਗ ਰਿਹਾ। ਪਰ ਕੋਈ ਕਾਲਜ ਨੇ ਜਿਹੜੇ 1 ਡੇ ਓਲਡ ਫੰਡ ਵੀ ਲੈ ਰਹੇ ਨੇ, ਪਰ ਬਕਾਇਦਾ ਸੋਰਸ ਆਫ ਇਨਕਮ ਨਾਲ ਹੋਏ, ਇਹ ਨਹੀਂ ਕਿ ਆਪਾਂ 1 ਡੇ ਓਲਡ ਫੰਡ ਕਿਸੇ ਵੀ ਅਕਾਊਂਟ 'ਚ ਫੰਡ ਪਵਾਏ, ਸਟੇਟਮੈਂਟ ਲਈ ਅਤੇ ਬੱਚੇ ਦੇ ਫੰਡ ਦਿਖਾ
ਅੰਬੈਸੀ ਦਾ ਜਿਹੜਾ ਟਾਈਮ ਹੈ ਉਹ 24 ਘੰਟੇ ਤੋਂ ਲੈ ਕੇ 90 ਡੇਜ਼ ਦਾ ਟਾਈਮ ਹੈ ਕੁਲਦੀਪ ਜੀ। ਵੀਜ਼ਾ ਔਨਲਾਈਨ ਅਪਲਾਈ ਹੁੰਦਾ SSVF ਜਦੋਂ ਇੰਟਰੋਡਿਊਸ ਹੋਇਆ, ਉਸ ਤੋਂ ਬਾਅਦ ਵੀਜ਼ਾ ਔਨਲਾਈਨ ਅਪਲਾਈ ਹੁੰਦਾ। ਔਨਲਾਈਨ ਅਪਲਾਈ ਕਰਨ ਤੋਂ ਬਾਅਦ ਘੱਟੋ ਘੱਟ ਜਿਹੜਾ ਸਮਾਂ 24 ਘੰਟੇ ਦੇ ਵਿੱਚ ਬੱਚੇ ਦਾ ਵੀਜ਼ਾ ਇਸ਼ੂ ਹੋ ਸਕਦਾ ਜੀ। ਬੱਚੇ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨ, ਕਾਲਜ ਦੇ ਵਿੱਚ ਅਪਲਾਈ ਕਰਨ, ਦੂਜੀ ਚੀਜ਼ ਆ ਜਾਂਦੀ ਕਿ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਜ਼ ਵੀ ਨੇ ਜਾਂ ਟੇਫ ਨੇ ਜਿਹੜੀਆਂ ਜਾਂ ਗੌਰਮੈਂਟ ਨੇ ਜਿਹੜੀਆਂ, ਉਹਨੂੰ ਕਹਿ ਸਕਦੇ ਹਾਂ ਆਪਾਂ, ਬੱਚਾ ਕਿੱਥੇ ਅਪਲਾਈ ਕਰੇ, ਚਾਹੇ ਬੱਚਾ ਫੀਸ ਵੀ ਦੇਖਦਾ ਕਿਤੇ ਘੱਟ ਜਾਂ ਕਿਤੇ ਵੱਧ ਹੈ, ਜੇ ਕੁਆਲਿਟੀ ਆਫ ਐਜੂਕੇਸ਼ਨ ਦੇਖੀਏ ਜਾਂ ਵੀਜ਼ਾ ਸਕਸੈਸ ਰੇਟ ਦੇਖੀਏ ਤਾਂ ਕਿੱਥੇ ਤੁਸੀਂ ਦੇਖਦੇ ਹੋ ਕਿ ਜ਼ਿਆਦਾ ਰਹਿੰਦਾ ਵੀਜ਼ਾ ਸਕਸੈਸ ਰੇਟ? ਕੁਲਦੀਪ ਜੀ, ਜਿਹੜੇ ਕਾਲਜ ਜਾਂ ਯੂਨੀਵਰਸਿਟੀ ਜਾਂ ਜਿਹੜੇ ਪ੍ਰਾਈਵੇਟ ਕਾਲਜਸ ਲੈਵਲ 1 ਜਾਂ 2 ਦੇ ਵਿੱਚ ਨੇ, ਆਲਮੋਸਟ ਜਿਹੜਾ ਲੈਵਲ 1 ਅਤੇ 2 ਦਾ ਆਪਸ 'ਚ ਫਰਕ 20% ਦਾ ਫਰਕ ਹੈ ਕੁਲਦੀਪ ਜੀ ਜੀ ਵੀਜ਼ਾ ਸਕਸੈਸ ਰੇਟ ਦੀ ਜੇ ਮੈਂ ਗੱਲ ਕਰਾਂ, ਅਤੇ ਕਾਲਜ ਚਾਹੇ ਕੋਈ ਪ੍ਰਾਈਵੇਟ ਹੈ, ਚਾਹੇ ਕੋਈ ਗੌਰਮੈਂਟ ਹੈ, ਚਾਹੇ ਟੇਫ ਹੈ, ਚਾਹੇ ਕੋਈ ਯੂਨੀਵਰਸਿਟੀ ਹੈ, ਵੀਜ਼ਾ ਸਕਸੈਸ ਰੇਟ ਸਭ ਦਾ ਵਧੀਆ ਹੈ। ਜੇ ਫੀਸ ਦੀ ਰੇਸ਼ੋ ਨੂੰ ਗੱਲ ਕਰੀਏ, ਪ੍ਰਾਈਵੇਟ ਕਾਲਜ ਦੀ ਫੀਸ ਥੋੜ੍ਹੀ ਜਿਹੀ ਘੱਟ ਹੈ, ਟੇਫ ਦੀ ਥੋੜ੍ਹੀ ਜਿਹੀ ਵੱਧ ਹੈ, ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 2 ਕੁ ਲੱਖ ਦਾ ਫਰਕ ਇੱਕ ਕੋਰਸ ਪਿੱਛੇ ਤੁਹਾਨੂੰ ਪੈ ਜਾਂਦਾ ਜਿਹੜੀ ਆਪਣੀ ਐਨੂਅਲ ਫੀ ਹੈ। ਪਰ ਯੂਨੀਵਰਸਿਟੀ ਜਿਹੜਾ ਸਕਸੈਸ ਰੇਟ ਹੈ ਕੁਲਦੀਪ ਜੀ, ਉਹ ਜੇ ਆਪਾਂ ਪ੍ਰਾਈਵੇਟ ਕਾਲਜ ਦੇ ਅਕੋਰਡਿੰਗ ਲੈ ਕੇ ਚੱਲੀਏ ਤਾਂ 20-30% ਦਾ ਸਕਸੈਸ ਰੇਟ ਦਾ ਫਰਕ ਹੈ। ਯੂਨੀਵਰਸਿਟੀ ਤੁਹਾਨੂੰ ਆਫਰ ਲੈਟਰ ਦੇਣ ਜ਼ਰੂਰ ਥੋੜ੍ਹੀ ਦੇਰੀ ਕਰਦੀਆਂ ਨੇ, ਪਰ ਜਿਹੜਾ ਉਹਨਾਂ ਦਾ ਵੀਜ਼ਾ ਦਾ ਰੇਸ਼ੋ ਹੈ, ਵੀਜ਼ਾ ਨਿਕਲਣ ਦਾ ਰੇਸ਼ੋ, ਉਹ ਬਹੁਤ ਜਲਦੀ ਕੁਲਦੀਪ ਜੀ ਆਉਂਦਾ। ਸੋ ਬੱਚੇ ਜਿਹੜੇ ਫਰਵਰੀ ਇਨਟੇਕ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ, ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਬੇਸਿਕ ਜੀਆਂ ਜੇ ਰਿਕੁਆਇਰਮੈਂਟਸ ਦੇਖੀਏ, ਪਰਸੈਂਟੇਜ ਕਿੰਨੀ ਹੋਵੇ, ਬੈਂਡਸ ਰਿਕੁਆਇਰਮੈਂਟ ਕੀ ਹੈ, ਅਤੇ ਫੰਡਿੰਗ ਦੀ ਕਿੰਨੀ ਕੁ ਲੋੜ ਪਏਗੀ ਉਹਨਾਂ? ਕੁਲਦੀਪ ਜੀ, ਬੇਸਿਕ ਰਿਕੁਆਇਰਮੈਂਟ ਦੀ ਜੇ ਗੱਲ ਕਰੀਏ, ਬੱਚਾ ਪਲੱਸ 2 ਪਾਸ ਹੋਏ ਜਾਂ ਬੱਚਾ ਗ੍ਰੈਜੂਏਟ ਜਿਹੜਾ ਹੋਏ, ਪਲੱਸ 2 ਪਾਸ ਬੱਚੇ ਦੀ ਮੈਂ ਪਹਿਲਾਂ ਗੱਲ ਕਰਨਾ ਚਾਹੂੰਗਾ ਕੁਲਦੀਪ ਜੀ। ਪਲੱਸ 2 ਪਾਸ ਬੱਚਾ 5.5 ਬੈਂਡ, ਨੋਟ ਲੈਸ ਦੈਨ 5 ਬੈਂਡ ਹੋਣ ਬੱਚੇ ਦੇ, ਫੰਡ ਬੱਚੇ ਦੇ ਕੁਲਦੀਪ ਜੀ 20-25 ਲੱਖ ਦੇ ਵਿੱਚ ਵਿੱਚ ਆਪਾਂ ਨੂੰ ਚਾਹੀਦੇ ਨੇ। ਉਹ ਫੰਡ ਦੇ ਵਿੱਚ ਕੁਲਦੀਪ ਜੀ ਇਨਕਲੂਡ ਕੀ ਹੁੰਦਾ, ਬੱਚੇ ਦੀ 1 ਈਅਰ ਟਿਊਸ਼ਨ ਫੀ ਹੁੰਦੀ ਹੈ, ਬੱਚੇ ਦਾ OSHC ਹੁੰਦਾ, ਬੱਚੇ ਦਾ ਜਿਹੜਾ ਅਕੋਮੋਡੇਸ਼ਨ ਹੁੰਦੀ ਹੈ ਉਹ ਇਨਕਲੂਡ ਹੁੰਦੀ ਹੈ, ਬੱਚੇ ਨੇ ਉਹ ਫੰਡ ਸ਼ੋਅ ਕਰਨੇ ਹੁੰਦੇ ਕਿ ਮੇਰੇ ਕੋਲ ਇੰਨਾ ਕੁ ਖਰਚਾ ਹੈਗਾ, ਮੈਂ ਉੱਥੇ ਜਾ ਕੇ ਸਟੱਡੀ ਕਰ ਸਕਦਾ, ਮੈਂ ਉੱਥੇ ਜਾ ਕੇ ਸਰਵਾਈਵ ਕਰ ਸਕਦਾ, ਮੈਂ ਉੱਥੇ ਜਾ ਕੇ ਰਹਿ ਸਕਦਾ। ਬੱਚੇ ਨੂੰ ਵੀਕਲੀ 20 ਘੰਟੇ ਕੰਮ ਅਲਾਊਡ ਹੁੰਦਾ ਉੱਥੇ ਜਾ ਕੇ ਜੀ। ਸ਼ੁਕਰੀਆ, ਧੰਨਵਾਦ ਸਰ ਸ਼ੋਅ ਦੇ ਵਿੱਚ। ਧੰਨਵਾਦ ਕੁਲਦੀਪ ਜੀ। ਪ੍ਰੋਗਰਾਮ ਨੂੰ ਖਤਮ ਕਰਦੇ ਹਾਂ, ਮੈਨੂੰ ਯਾਨੀ ਆਪਣੇ ਦੋਸਤ ਕੁਲਦੀਪ ਨੂੰ ਦਿਓ ਆਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ।